ਮੇਰੀ ਚਾਚਾ ਜੀ ਜਿੱਦ ਕਰਨੀ ਹੈ। ਮੇਰੀ ਗੱਲ ਕੰਨ ਖੋਲ ਕੇ ਸੁਣ ਲਓ। ਮੇਰਾ ਮੱਲਾ ਠੱਪ ਦਿਨੇ ਦੇ। ਅਸਲਾਮ ਅਲੈਕਮ, ਜਿੰਦੇ ਰਹੋ, ਵਸਦੇ ਰਹੋ, ਹੱਸਦੇ ਰਹੋ। ਮੈਂ ਤਾਰਕ ਸਾਨੀ, ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਸੁਲਤਾਨਾ ਦੀ ਬੜੀ ਹੀ ਬਿਹਤਰੀਨ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਅਤੇ ਉਸ ਫਿਲਮ ਦਾ ਨਾਮ ਹੈ ਸ਼ਰੀਫ ਜ਼ਿੱਦੀ। ਔਰ ਇਸਦਾ ਮੁਕੰਮਲ ਤਾਰਫ ਹੀ ਪੇਸ਼ ਕਰਾਂਗਾ ਔਰ ਤੁਹਾਨੂੰ ਦੱਸਾਂਗਾ ਕਿ ਇਹ ਜਿਹੜੀ ਸ਼ਰੀਫ ਜ਼ਿੱਦੀ ਹੈ, ਇਹ ਕਿਹੜੀ ਫਿਲਮ ਤੋਂ ਮੁਤਾਸਰ ਹੋ ਕੇ ਇਸ ਨੂੰ ਦੁਬਾਰਾ ਬਣਾਇਆ ਗਿਆ, ਕਿਹੜੀ ਸੁਪਰਹਿੱਟ ਫਿਲਮ ਨੂੰ ਕਾਪੀ ਕਰਕੇ ਇਹ ਸ਼ਰੀਫ ਜ਼ਿੱਦੀ ਬਣਾਈ ਗਈ ਹੈ, ਔਰ ਉਹ ਵੀ ਫਿਲਮ ਕਾਮਯਾਬ ਸੀ ਔਰ ਇਹ ਫਿਲਮ ਵੀ ਕਾਮਯਾਬ ਹੈ। 1978 ਬਰੋਜ ਜਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਸ਼ਰੀਫ ਜ਼ਿੱਦੀ। ਇਸ ਫਿਲਮ ਦਾ ਜਿਹੜਾ ਟੈਕਟਰ ਰੋਲ ਹੈ, ਅਦਾਕਾਰ ਸੁਲਤਾਨ ਰਾਏ ਨੇ ਅਦਾ ਕੀਤਾ ਹੈ, ਅਤੇ ਇਸ ਫਿਲਮ ਦਾ ਮੌਜੂਦੀ ਲੜਾਈ, ਮਾਰ ਕੁਟਾਈ, ਐਕਸ਼ਨ, ਪੁਲਿਸ ਮੁਕਾਬਲਾ ਹੈ। ਔਰ ਇਸ ਫਿਲਮ ਦੇ ਅਦਾਕਾਰ ਸੁਲਤਾਨ ਰਾਏ, ਨਜਮਾ, ਅਫਜ਼ਾਲ ਅਹਿਮਦ, ਮੁਸਤਫਾ ਕੁਰੇਸ਼ੀ, ਸਾਵਨ, ਅਦੀਬ, ਜ਼ਹਿਰ ਸ਼ਾਹ, ਨਿਮੀ ਅਤੇ ਆਗਾ ਤਾਲਸ਼। ਇਸ ਫਿਲਮ ਦੇ ਹਦਾਇਤਕਾਰ ਇਕਬਾਲ ਕਸ਼ਮੀਰੀ, ਫਿਲਮਸਾਜ਼ ਸ਼ਨਾਜ਼ ਬੇਗਮ, ਇਹਦੇ ਲਿਖਣ ਵਾਲੇ ਨੇ ਹਜ਼ੀ ਕਾਦਰੀ, ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਕਮਾਲ ਅਹਿਮਦ ਨੇ। ਇਹ ਜਿਹੜੀ ਫਿਲਮ ਹੈ, ਇਸ ਫਿਲਮ ਦੇ ਅੰਦਰ ਟਾਈਟਲ ਰੋਲ ਅਦਾਕਾਰ ਸੁਲਤਾਨ ਰਾਏ ਨੇ ਅਦਾ ਕੀਤਾ ਹੈ। ਸੁਲਤਾਨ ਰਾਏ ਦਾ ਨਾਮ ਇਸ ਫਿਲਮ ਵਿੱਚ ਅੱਛੂ ਆਉਂਦਾ ਹੈ, ਅਤੇ ਅੱਛੂ ਇੱਕ ਸ਼ਰੀਫ ਇਨਸਾਨ ਹੁੰਦਾ ਹੈ, ਔਰ ਸ਼ਰੀਫ ਇਨਸਾਨ ਦੇ ਹੋਣੇ ਦੇ ਨਾਲ ਉਹ ਇੱਕ ਜ਼ਿੱਦੀ ਇਨਸਾਨ ਵੀ ਹੁੰਦਾ ਹੈ, ਔਰ ਆਪਣੇ ਇਲਾਕੇ 'ਚ, ਆਪਣੇ ਮੁਹੱਲੇ 'ਚ ਉਹ ਕੋਈ ਵੀ ਗਲਤ ਗੱਲ ਬਰਦਾਸ਼ਤ ਨਹੀਂ ਕਰਦਾ ਔਰ ਕੋਈ ਵੀ ਗਲਤ ਕੰਮ ਹੋਣ ਨਹੀਂ ਦਿੰਦਾ। ਜਿਹੜਾ ਮੀਆਂ ਹੁੰਦਾ ਹੈ, ਮੀਆਂ ਦਾ ਕਿਰਦਾਰ ਜਿਹੜਾ ਹੁੰਦਾ ਹੈ ਉਹ ਅਦਾਕਾਰ ਸਾਵਨ ਨੇ ਅਦਾ ਕੀਤਾ ਹੈ, ਔਰ ਜਿਹੜਾ ਰਾਜੂ ਹੁੰਦਾ ਹੈ ਉਹ ਜ਼ਹਿਰ ਸ਼ਾਹ ਹੁੰਦਾ ਹੈ। ਇਹਨਾਂ ਦੇ ਨਾਲ ਅੱਛੂ ਦੀ ਦੁਸ਼ਮਣੀ ਦਾ ਆਗਾਜ਼ ਮੁਜਰੇ ਤੋਂ ਹੁੰਦਾ ਹੈ। ਮੀਆਂ ਦੇ ਪੁੱਤਰ ਦੀ ਸ਼ਾਦੀ ਹੁੰਦੀ ਹੈ, ਅਤੇ ਉਹ ਆਪਣੇ ਘਰ ਵਿੱਚ, ਆਪਣੀ ਬੈਠਕ ਵਿੱਚ, ਆਪਣੇ ਇਲਾਕੇ 'ਚ ਉਹ ਮੁਜਰਾ ਕਰਾਉਣਾ ਚਾਹੁੰਦਾ ਹੈ, ਅਤੇ ਅੱਛੂ ਉਹਨੂੰ ਮਨ੍ਹਾ ਕਰਦਾ ਕਿ ਤੂੰ ਅਗਰ ਮੁਜਰਾ ਕਰਾਏਗਾ ਤਾਂ ਤੇਰੀ ਮੇਰੀ ਦੁਸ਼ਮਣੀ ਦਾ ਆਗਾਜ਼ ਹੋ ਜਾਏਗਾ। ਖੈਰ, ਮੀਆਂ ਨਹੀਂ ਮੰਨਦਾ ਔਰ ਮੁਜਰਾ ਕਰਾਉਂਦਾ, ਅੱਛੂ ਆ ਜਾਂਦਾ ਔਰ ਆ ਕੇ ਲੜਾਈ ਆਉਂਦੀ, ਲੜਾਈ ਤੋਂ ਬਾਅਦ ਉਹ ਉਹਨਾਂ ਦੇ ਸਾਰਿਆਂ ਦੇ ਮੂੰਹ ਕਾਲੇ ਕਰਕੇ ਉਹਨਾਂ ਨੂੰ ਪੂਰੇ ਬਾਜ਼ਾਰ ਵਿੱਚ ਨਚਾਉਂਦਾ। ਮੁਸਤਫਾ ਕੁਰੇਸ਼ੀ ਔਰ ਅਫਜ਼ਾਲ ਅਹਿਮਦ ਨੇ ਇਸ ਫਿਲਮ ਦੇ ਅੰਦਰ ਚੰਨ ਔਰ ਚਿਰਾਗ ਦਾ ਕਿਰਦਾਰ ਅਦਾ ਕੀਤਾ ਹੈ। ਚੰਨ ਮੁਸਤਫਾ ਕੁਰੇਸ਼ੀ ਦਾ ਨਾਮ ਹੁੰਦਾ ਹੈ ਔਰ ਚਿਰਾਗ ਅਫਜ਼ਾਲ ਅਹਿਮਦ ਦਾ ਨਾਮ ਹੁੰਦਾ ਹੈ, ਔਰ ਦੋਨੋਂ ਉਹ ਪਾਂਡੀ ਦਾ ਕੰਮ ਕਰਦੇ ਨੇ, ਲੇਕਿਨ ਬਹੁਤ ਹੀ ਗਹਿਰੇ ਦੋਸਤ ਹੁੰਦੇ ਨੇ, ਇੱਕ ਦੂਏ ਦੀ ਜਿੰਦ, ਇੱਕ ਦੂਏ ਦੀ ਜਾਨ ਹੁੰਦੇ ਨੇ। ਔਰ ਇਸ ਫਿਲਮ ਦਾ ਜਿਹੜਾ ਇੱਕ ਗਾਣਾ ਬੜਾ ਹੀ ਮਸ਼ਹੂਰ ਹੋਇਆ ਹੈ, ਕਰਮਾਂ ਵਾਲਾ ਪਾਗਾਂ ਵਾਲਾ ਸੋਹਣਾ ਯਾਰ ਜੀਵੇ ਯਾਰ, ਇਹ ਬੜਾ ਹੀ ਜ਼ਬਰਦਸਤ ਗਾਣਾ ਹੈ, ਔਰ ਮੁਸਤਫਾ ਕੁਰੇਸ਼ੀ ਔਰ ਅਫਜ਼ਾਲ ਅਹਿਮਦ ਨੇ ਇਸ ਗਾਣੇ 'ਚ ਬੜੀ ਹੀ ਜ਼ਬਰਦਸਤ ਪਰਫਾਰਮੈਂਸ ਦਾ ਮੁਜ਼ਾਹਰਾ ਕੀਤਾ ਹੈ। ਨਜਮਾ ਜਿਹੜੀ ਹੁੰਦੀ ਹੈ ਉਹ ਚੰਦ ਦੀ ਮੰਗੇਤਰ, ਯਾਨੀ ਕਿ ਨਾਮ ਨਿਹਾਦ ਮੰਗੇਤਰ ਹੁੰਦੀ ਹੈ, ਉਹ ਲੋਕਾਂ ਨੂੰ ਚੰਦ ਦੇ ਨਾਮ 'ਤੇ ਲੁੱਟਦੀ ਹੈ ਕਿ ਉਹਦੀ ਮੰਗੇਤਰ ਹੈ, ਕਾਫੀ ਸਾਰੇ ਬਾਜ਼ਾਰ ਵਿੱਚ ਉਧਾਰ ਇਕੱਠਾ ਕਰਦੀ ਹੈ। ਜਦੋਂ ਚੰਦ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ, ਉਹ ਜਾਂਦਾ ਹੈ ਔਰ ਜਾ ਕੇ ਨਜਮਾ ਦੇ ਘਰ ਦੇ ਸਾਹਮਣੇ ਖੜਾ ਹੋ ਜਾਂਦਾ ਹੈ। ਨਜਮਾ ਅੰਦਰੋਂ ਭੇਸ ਬਦਲ ਕੇ ਆ ਜਾਂਦੀ ਹੈ ਔਰ ਉਹਨਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਹੈ। ਔਰ ਨਜਮਾ ਦਾ ਇਸ ਫਿਲਮ ਵਿੱਚ ਕੋਈ ਖਾਸ ਕੰਮ ਨਹੀਂ। ਨਿਮੀ ਨੇ ਸਿੰਘ ਦੇ ਅੰਦਰ ਸੁਲਤਾਨ ਰਾਏ ਦੀ ਭੈਣ ਦਾ ਕਿਰਦਾਰ ਅਦਾ ਕੀਤਾ, ਜਿਸ ਦਾ ਨਾਮ ਗੁੱਡੋ ਹੁੰਦਾ ਹੈ। ਗੁੱਡੋ ਅਤੇ ਅੱਛੂ ਦੋਨੋਂ ਆਪਸ ਹੀ ਭੈਣ ਭਰਾ ਹੁੰਦੇ ਨੇ, ਉਹ ਭੈਣ ਦੇ ਨਾਲ ਬੜੀ ਮੁਹੱਬਤ ਕਰਦਾ ਹੈ। ਭੈਣ ਜਿਹੜੀ ਹੁੰਦੀ ਉਹਨੂੰ ਲਾਈ ਝਗੜੇ ਤੋਂ ਮਨ੍ਹਾ ਕਰਦੀ। ਅੱਛੂ ਬਾਗ ਹੀ ਆਉਂਦਾ। ਰੰਗੀਲੇ ਨੇ ਇਸ ਫਿਲਮ ਵਿੱਚ ਬੜੀ ਅੱਛੀ ਕਾਮੇਡੀ ਕੀਤੀ ਹੈ। ਖਾਲਸ ਅਲੀ ਮੋਟਾ ਨੇ ਬੜੀ ਅੱਛੀ ਕਾਮੇਡੀ ਕੀਤੀ ਹੈ।
ਅਦੀਬ ਜਿਹੜਾ ਹੁੰਦਾ ਹੈ ਉਹ ਜ਼ਹਿਰ ਸ਼ਾਹ ਦਾ ਵੱਡਾ ਭਰਾ ਹੁੰਦਾ ਹੈ। ਉਹ ਜਦੋਂ ਉਹਨੂੰ ਪਤਾ ਚੱਲਦਾ ਉਹਦੇ ਵੀਰਾਂ ਨੂੰ ਮੂੰਹ ਕਾਲਾ ਕਰਕੇ ਅੱਛੂ ਨੇ ਪੂਰੇ ਬਾਜ਼ਾਰ ਹੀ ਫਿਰਾਇਆ, ਉਹ ਆਉਂਦਾ ਔਰ ਆ ਕੇ ਅੱਛੀ ਤਰ੍ਹਾਂ ਲੜਾਈ ਕਰਦਾ, ਲੇਕਿਨ ਅੱਛੂ ਉਹਦੇ 'ਤੇ ਹੱਥ ਨਹੀਂ ਚੁੱਕਦਾ, ਕਿਉਂਕਿ ਉਹ ਕਹਿੰਦਾ ਹੈ ਕਿ ਅਗਰ ਮੈਂ ਆਪਣੀ ਜ਼ਾਤ ਵਾਸਤੇ ਹੱਥ ਚੁੱਕਿਆ ਤਾਂ ਲੋਕ ਮੈਨੂੰ ਬਦਨਾਮ ਕਰਨਗੇ, ਇਸ ਵਾਸਤੇ ਉਹ ਹੱਥ ਨਹੀਂ ਚੁੱਕਦਾ। ਜਿਸ ਨੂੰ ਇਹ ਅਦੀਬ ਸਮਝਦਾ ਕਿ ਸ਼ਾਇਦ ਉਹ ਮੇਰੇ ਕੋਲੋਂ ਡਰ ਗਿਆ। ਚੰਨ ਚਿਰਾਗ ਅਤੇ ਅੱਛੂ ਦੀ ਦੁਸ਼ਮਣੀ ਦਾ ਆਗਾਜ਼ ਵੀ ਹੁੰਦਾ, ਦੋਨੋਂ ਆਪਸ ਹੀ ਦੁਸ਼ਮਣੀ ਕਰਦੇ ਨਿਕਲਦੇ, ਬੜੇ ਦੁਸ਼ਮਣ ਗਹਿਰੇ ਬਣ ਜਾਂਦੇ ਨੇ। ਔਰ ਕਤਲ ਜਦੋਂ ਕਰਦਾ ਅੱਛੂ, ਔਰ ਉਹਨੂੰ ਇਹ ਵੀ ਪਤਾ ਹੁੰਦਾ ਕਿ ਚੰਨ ਜਿਹੜਾ ਹੁੰਦਾ ਉਹ ਇੱਕ ਸ਼ਰੀਫ ਇਨਸਾਨ ਹੈ, ਸੁਲਤਾਨ ਰੀ ਕਤਲ ਦੇ ਕੇ ਇਸ ਪਕੜਿਆ ਜਾਂਦਾ, ਔਰ ਜਾਣ ਤੋਂ ਪਹਿਲੇ ਉਹ ਆਪਣੀ ਜਿਹੜੀ ਭੈਣ ਹੁੰਦੀ ਹੈ ਉਹਨੂੰ ਚੰਨ ਦੇ ਹਵਾਲੇ ਕਰ ਦਿੰਦਾ ਔਰ ਕਹਿੰਦਾ ਕਿ ਮੇਰੇ ਜੇਲ੍ਹ ਤੋਂ ਆਉਣ ਤੱਕ ਤੂੰ ਇਹਦੀ ਇੱਜ਼ਤ ਦੀ ਹਿਫਾਜ਼ਤ ਕਰਨੀ ਹੈ। ਔਰ ਜਿਹੜਾ ਚੰਨ ਹੋ ਜਾਂਦਾ ਉਹ ਆਪਣੀ ਭੈਣ ਨੂੰ ਬੁਲਾ ਲੈਂਦਾ ਔਰ ਆਪਣੇ ਘਰ ਲੈ ਆਉਂਦਾ। ਜਿਹੜਾ ਚਿਰਾਗ ਹੁੰਦਾ ਉਹ ਉਹਦੇ 'ਤੇ ਬੁਰੀ ਨਜ਼ਰ ਰੱਖਦਾ ਔਰ ਉਹਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ। ਚੰਨ ਜਿਹੜਾ ਹੁੰਦਾ ਉਹਨੂੰ ਮਾਰਦਾ ਔਰ ਇੱਥੋਂ ਆ ਕੇ ਉਹਨਾਂ ਦੀ ਦੁਸ਼ਮਣੀ ਦਾ ਆਗਾਜ਼ ਹੁੰਦਾ। ਔਰ ਚਕੋਰੀ ਨੇ ਇਸ ਫਿਲਮ ਦੇ ਅੰਦਰ ਇੱਕ ਤਵਾਇਫ ਦਾ ਕਿਰਦਾਰ ਅਦਾ ਕੀਤਾ। ਅਦੀਬ ਵਗੈਰਾ ਚਕੋਰੀ ਨੂੰ ਇਸਤੇਮਾਲ ਕਰਕੇ ਚੰਨ ਔਰ ਚਿਰਾਗ ਦੇ ਦਰਮਿਆਨ ਜੁਦਾਈਆਂ ਪਾ ਦਿੰਦੇ ਔਰ ਆਪਸ 'ਚ ਦੁਸ਼ਮਣ ਬਣ ਜਾਂਦੇ। ਖੈਰ ਐਂਡ 'ਤੇ ਸਾਰੀ ਸਿਚੁਏਸ਼ਨ ਪਤਾ ਚੱਲਦੀ ਹੈ, ਐਂਡ ਸਾਰੀ ਕਹਾਣੀ ਖੁੱਲਦੀ ਹੈ ਕਿ ਇਹ ਸਾਰੀ ਉਹਨਾਂ ਦੀ ਸਾਜ਼ਿਸ਼ ਸੀ। ਅਸਲ ਜਿਹੜੀ ਕਹਾਣੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ, ਇਸ ਫਿਲਮ ਦੀ ਜਿਹੜੀ ਕਹਾਣੀ ਸੀ ਉਹ ਚਾਚਾ ਖਵਾਮਖਾ ਦੀ ਸੀ। ਚਾਚਾ ਖਵਾਮਖਾ ਬਲੈਕ ਐਂਡ ਵਾਈਟ ਦੌਰ ਦੀ ਇੱਕ ਬੜੀ ਹੀ ਜ਼ਬਰਦਸਤ ਫਿਲਮ ਸੀ। ਸ਼ਰੀਫ ਜ਼ਿੱਦੀ ਦੇ ਵਿੱਚ ਜਿਹੜਾ ਕਿਰਦਾਰ ਮੁਸਤਫਾ ਕੁਰੇਸ਼ੀ ਔਰ ਅਫਜ਼ਾਲ ਨੇ ਅਦਾ ਕੀਤਾ ਹੈ, ਚਾਚਾ ਖਵਾਮਖਾ ਦੇ ਅੰਦਰ ਉਹ ਜਿਹੜਾ ਕਿਰਦਾਰ ਮਜ਼ਰ ਸ਼ਾਹ ਤੇ ਸੁਧੀਰ ਨੇ ਅਦਾ ਕੀਤਾ ਹੈ। ਕੀ ਪਿਆ ਕਰਨਾ? ਛੱਡੋ ਛੱਡ। ਸੁਲਤਾਨ ਰਾਜ ਵਾਲਾ ਕਿਰਦਾਰ ਜਿਹੜਾ ਨਾ ਉਹ ਅਕਮਲ ਨੇ ਅਦਾ ਕੀਤਾ ਹੈ, ਔਰ ਨਜਮਾ ਵਾਲਾ ਕਿਰਦਾਰ ਉਹਦੀ ਜਿਹੜੀ ਲੈਲਾ ਨੇ ਅਦਾ ਕੀਤਾ ਹੈ, ਇਸ ਤਰ੍ਹਾਂ ਸ਼ੀਰੀ ਨੇ ਉਹਦੀ ਭੈਣ ਦਾ ਕਿਰਦਾਰ ਅਦਾ ਕੀਤਾ ਹੈ, ਔਰ ਸੇਮ ਉਹ ਕਹਾਣੀ ਨੂੰ ਲੈ ਕੇ। ਚਾਚਾ ਖਵਾਮਖਾ ਆਪਣੇ ਦੌਰ ਦੀ ਬੜੀ ਸੁਪਰ ਹਿੱਟ ਫਿਲਮ ਸੀ, ਔਰ ਉਸ ਫਿਲਮ ਤੋਂ ਮੁਤਾਸਰ ਹੋ ਕੇ ਸ਼ਰੀਫ ਜ਼ਿੱਦੀ ਨੂੰ ਇਕਬਾਲ ਕਸ਼ਮੀਰੀ ਨੇ ਬਣਾਇਆ, ਔਰ ਚਾਚਾ ਖਵਾਮਖਾ ਵੀ ਸੁਪਰ ਹਿੱਟ ਸੀ। ਔਰ ਤੇਰੇ ਕਾਰਤਿਆਂ ਵੀਰ ਦਾ ਪਿਆਰ ਹੀ ਮਿਲਿਆ ਸੀ ਨਾ, ਤੇ ਮੇਰੇ ਕਾਰਨ ਬਾਬਲ ਦੇ ਸ਼ਰੀਫ ਜ਼ਿੱਦੀ ਵੀ ਸੁਪਰ ਹਿੱਟ ਸੀ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ, ਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।